ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦਾ ਜਿਹੜਾ ਸਾਡਾ ਪਲਾਨ ਆ, ਪਟਿਆਲੇ ਨਾ ਮੇਲਾ ਭਰਦਾ ਹੈਗਾ ਹਰ ਸਾਲ, ਅਤੇ ਉੱਥੇ ਜਾਣ ਦਾ ਪਲਾਨ ਆ। ਸ਼ਾਮ ਦੇ 5 ਵੱਜ ਚੁੱਕੇ ਨੇ ਅਤੇ ਮੈਂ ਤਾਂ ਯਾਰ ਮੇਰੀ ਮੈਡਮ ਜਾਣ ਦੀ ਤਿਆਰੀ ਕਰ ਰਹੇ ਹਾਂ। ਸੋ ਉਸ ਤੋਂ ਬਿਨਾਂ ਇੱਕ ਹੋਰ ਕੰਮ ਸੀਗਾ ਸਾਨੂੰ ਬਾਜ਼ਾਰ ਦੇ ਵਿੱਚ, ਮੈਡਮ ਦੀਆਂ ਚੂੜੀਆਂ ਹੋ ਗਈਆਂ ਖਰਾਬ, ਮਤਲਬ ਜਿਹੜੀਆਂ ਉਹਦੇ ਵਾਲੀਆਂ ਨੇ, ਕੀ ਕਹਿੰਦੇ ਹੁੰਦੇ ਨੇ ਇਹਨੂੰ, ਚੂੜੇ ਵਾਲੀਆਂ, ਸੋ ਬਦਲਾ ਕੇ ਆਉਣੀਆਂ ਸੀਗੀਆਂ। ਅਤੇ ਉੱਥੇ ਵੀ ਆਪਾਂ ਚੱਲਦੇ ਹਾਂ ਅਤੇ ਨਾਲ ਨਾਲ ਫਿਰ ਮੇਲਾ ਵੀ ਦਿਖਾਉਂਦੇ ਹਾਂ ਤੁਹਾਨੂੰ ਅੱਜ ਪਟਿਆਲੇ ਦਾ, ਬਹੁਤ ਖੂਬਸੂਰਤ ਮੇਲਾ ਲੱਗਦਾ। ਅਤੇ ਮੈਡਮ ਹੋ ਗਈ ਰੈਡੀ, ਸੋ ਅਸੀਂ ਚੱਲਣ ਦੀ ਕਰਦੇ ਹਾਂ ਤਿਆਰੀ। ਚੱਲੀਏ ਬਾਈ। ਸੋ ਪਿਛਲਾ ਵਿਊ ਵੀ ਦੇਖੋ ਕਿੰਨਾ ਸੋਹਣਾ, ਸੋ ਆਹ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ, ਇੱਧਰ ਇੱਧਰ ਵੀ ਘਰ ਨੇਗੇ। ਹੈਲੋ, ਕੀ ਹਾਲ ਆ ਪੁੱਤ, ਠੀਕ ਆ? ਹੈਂ ਓਏ ਸੀਸ ਪੀਸ ਚਾਦ, ਨਾ 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 ਉੱਤੇ ਨਹੀਂ ਆਉਣਾ ਪੁੱਤ, ਗਿਰ ਜਾਓਗੇ। ਜਵਾਕ ਕਹਿੰਦੇ ਅਸੀਂ ਉੱਪਰ ਆਉਣਾ ਹੈ ਖੇਡਣ। ਸੋ ਮੈਡਮ ਦੇਖੀ ਕੀ ਕਰਦੀ, ਆ ਜਾ ਮੈਡਮ। ਸੋ ਲਓ ਜੀ ਆ ਗਏ ਮੈਡਮ, ਕੀ ਲੈ ਕੇ ਆਈਆਂ? ਇਹ ਮੇਰੇ ਚੂੜੇ ਦਾ ਬਾਕਸ ਹੈ। ਹਾਂ ਬਾਕਸ ਤਾਂ ਦਿਖਾ ਦੇ ਚੱਜ ਨਾਲ, ਦੇਖ ਲਓ। ਹਾਂ ਤੇ ਇਹਦੇ ਨਾਲ ਕੁਛ ਕੰਗਣ ਸੀਗੇ, ਉਹਨਾਂ ਦੇ ਸਟੋਨ ਨਿਕਲ ਗਏ ਤੇ ਉਹਨਾਂ ਨੇ ਵਾਰੰਟੀ ਦਿੱਤੀ ਸੀਗੀ। ਹਾਂ ਇਹ ਸਟੋਨ ਅਸੀਂ ਨਾ ਲੈ ਸੀ ਇਹ ਗਿਆ ਤੋਂ ਪਹਿਲਾਂ, ਤੇ ਉਹਦੇ ਕੋਲ ਜਾ ਕੇ ਹੁਣ ਅੱਜ ਦੇਖਦੇ ਕੀ ਕਹਿੰਦਾ ਉਹ, ਚੇਂਜ ਕਰਦੇ ਆ ਕਿ ਨਹੀਂ। ਤੇ ਚੱਲੀਏ ਫਿਰ ਆਪਾਂ। ਹਾਂਜੀ ਚੱਲ। ਵਾਓ ਕਿੰਨਾ ਸੋਹਣਾ ਵਿਊ ਆ, ਹਨਾ ਗੁਰਪ੍ਰੀਤ? ਹਾਂਜੀ ਉੱਚੀ ਬੋਲਿਆ ਕਰ। ਹਾਂਜੀ ਬਹੁਤ ਸੋਹਣਾ ਵਿਊ ਆ। ਆਓ ਜੀ ਪਹੁੰਚ ਗਏ ਦੁਕਾਨ ਤੇ, ਕਿੰਨਾ ਕੁ ਟਾਈਮ ਲੱਗੂ ਗੁਰਪ੍ਰੀਤ ਇੱਥੇ? 5 ਮਿੰਟ ਲੱਗਣ। ਤੋ ਵੀ ਪੂਰੀ ਆਤੀ ਵਾੜੋ ਤਾਂ ਕਰ ਲਈ। ਜੇ ਆਪਾਂ ਨੈਚੁਰਲੀ ਹੈ, ਜੇ ਆਪਾਂ ਕਿਸੇ ਦੀ ਕੰਮ ਕਰ ਰਹੇ ਹਾਂ। ਬਸ ਪਤਾ ਤੈਣਗੇ ਹੁਣ, ਕੋਈ ਨਹੀਂ ਜਾਣਾ ਸਾ ਮੇਲੇ 'ਚ ਸੀਗਾ ਅਸੀਂ, ਮੇਲੇ ਵਾਲੇ ਤਾਂ ਅੱਜ ਮੇਲਾ ਖਤਮ ਹੋ ਗਿਆ ਸਾਡੇ ਜਾਂਦੇ ਨੂੰ, ਸਿੱਧੇ ਅਸੀਂ ਇੱਧਰ ਨੂੰ ਆ ਗਏ। ਕਹਿੰਦੇ ਹੈਂ ਟੋਫੀ ਲੈਣੀਆਂ ਨੇ ਕਾਹਦੇ ਵਾਸਤੇ? ਆ ਨਾ ਲੈ ਲਈਏ। ਕੀ ਚੀਜ਼ ਆ ਇਹ ਯਾਰ? ਡਾਰਕ ਚੋਕਲੇਟ ਖਾਧੀ ਕਦੇ ਤੇ? ਫਸੀ ਪਈ ਆ ਯਾਰ, ਨਿਕਲ ਨਹੀਂ ਰਹੀ ਇੱਥੋਂ। ਟੋਪ ਹੈ ਮੋਰ ਵਾਲੇ, ਇਹਨਾਂ ਨੂੰ ਮੋਰ ਵਾਲੇ ਕਹਿੰਦੇ ਆ ਹਨਾ। ਕੀ ਇਹ ਛੋਟਾ ਬੈਗ ਦੇਖੋ, ਆਹ ਲੈ ਲਾ ਪੈਸ ਦੇਖ ਕੇ ਚੀਜ਼ ਲੈਂਦੀ ਹੋਈ ਸਾਡੀ ਗੁਰਪ੍ਰੀਤ ਕੌਰ। ਕਿੰਨਾ ਪ੍ਰਾਈਜ਼ ਆ, ਫਿਰ ਪਹਿਲਾਂ ਪ੍ਰਾਈਜ਼ ਦੇਖਦੀ ਆ ਚੀਜ਼ ਦਾ, ਫਿਰ ਲਊਗੀ। ਇੱਕ ਚੰਗੀ ਵਾਈਫ ਦੀ ਨਿਸ਼ਾਨੀ, ਅੱਖਾਂ ਬੰਦਾ ਅੱਖਾਂ ਬੰਦ ਕਰਕੇ ਚੱਕਦੀ ਆ ਇਹ ਸੂਟ, ਉੱਤੇ ਮੈਂ ਨਹੀਂ ਜਾਂਦਾ ਹੁੰਦਾ ਲੈ ਕੇ ਛੇਤੀ। ਹੋਰ ਕੀ ਲੈ ਲਾ ਫਿਰ, ਚੱਕਲਾ 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 ਚੱਕਲਾ, ਦੇਖ ਖਾਣ ਵਾਲਾ ਸਮਾਨ ਕਿੰਨਾ ਚੱਕੀ ਫਿਰਦੀ ਆ। ਲਓ ਜੀ ਚੱਕਲਾ ਚੱਕਲਾ, ਭਰਲਾ ਭਰਲਾ ਇੱਥੇ, ਜੱਪੀ ਲੈ ਲਾ ਜੱਪੀ। ਚੱਲ ਬਸ ਬਹੁਤ ਆ ਬਹੁਤ ਆ, ਲੈ ਕੇ ਆਵਾਂ? ਹਾਂ ਟ੍ਰੇ ਲਿਆਉਣਾ ਆਪਦੇ ਪੈਰੇ ਹੱਥ 'ਚ ਵੀ ਨਹੀਂ, ਠੀਕ ਆ ਟਰਾਲੀ। ਅਸੀਂ ਗਏ ਸੀਗੇ ਮੇਲਾ ਦੇਖਣਾ, ਮੇਲਾ ਮੂਲਾ ਹੈ ਨਹੀਂ ਸੀ, ਫਿਰ ਅਸੀਂ ਇੱਧਰ ਪੜ ਗਏ ਮੋਰ ਵਾਲਿਆਂ ਦੇ, ਸਮਾਨ ਲੈ ਲਈਏ ਭੋਰਾ ਚ। ਲਓ ਜੀ ਸਾਡਾ ਹੋ ਗਿਆ ਮੇਲਾ, ਹੈਂ ਲੈ ਕੇ ਦੇਖੋ ਕੀ ਚੱਲਿਆ ਨਾਲ, ਲੈ ਚੱਲਦੇ ਹੁਣ ਘਰ ਨੂੰ। ਮੇਲਾ ਤਾਂ ਸਾਡੀ ਦੇਖਿਆ ਨਹੀਂ, ਬੇਲੀ ਜ਼ਰੂਰ ਲੁੱਟ ਲਿਆਏ ਅਸੀਂ, ਚੋਰੀ ਕਰਕੇ ਲੈ ਕੇ ਆਏ ਹਾਂ। ਮਣੀ ਪਲਾਂਟ ਤੋੜ ਲਿਆਈ, ਪਤਾ ਨਹੀਂ ਕਿਹਨੇ ਕਿਹਾ ਸੀ ਭਾਈ ਮਣੀ ਪਲਾਂਟ ਤੋੜ ਦਊ ਤੈਨੂੰ, ਚੋਰੀ ਤਾਂ ਲੱਗਦਾ ਇਹ। ਅੱਛਾ ਬਸ।